ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈ ਨੇਮ ਇਜ਼ ਜਸਦੀਪ ਕੌਰ ਪੀਪਲ ਨੋ ਮੀ ਬਾਈ ਦ ਨੇਮ ਆਫ ਕੈਨੀ ਗੋਗੀਆ ਆਲਸੋ ਆਮ ਅ ਕਰੀਅਰ ਕਾਉਂਸਲਰ ਵੈਲ ਬੀਇੰਗ ਕੋਚ ਐਂਡ ਅ ਪਬਲਿਕ ਸਪੀਕਰ ਟੂਡੇਜ਼ ਮਾਰਨਿੰਗ ਹੁਕਮਨਾਮਾ ਫ্রম ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਜ਼ ਬਾਈ ਸ਼੍ਰੀ ਗੁਰੂ ਅਮਰਦਾਸ ਜੀ ਇਨ ਰਵ ਵਡਹੰਸ ਅੰਗ 584 ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਦੇ ਆ ਸਮਝਦੇ ਆ ਫਿਰ ਆਪਣੀ ਜ਼ਿੰਦਗੀ ਵਿੱਚ ਅਮਲ ਕਰਦੇ ਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ 3 ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੇ ਆਏ ਜਜਰੀs ਨਾਸ ਹੋ ਜਾਣ ਵਾਲਾ ਮੀਨਸ ਪੁੱਗਾ ਵੀ ਬੋਲਦੇ ਹਨ ਪੰਜਾਬੀ ਵਿੱਚ ਜਰ ਇਸ ਬੁੜੇਪਾ ਸੋ which means ਕਿ ਇਹ ਸਰੀਰ ਨਾਸ ਹੋ ਜਾਣ ਵਾਲਾ ਹੈ ਇਸ ਨੂੰ ਬੁਢੇਪਾ ਆਦ ਬੋਂਦਾ ਹੈ ਥਿਸ ਬੋਡੀ ਇਜ਼ ਫ੍ਰੇਲ 올ਡ ਏਜ ਇਜ਼ ਓਵਰਟੇਕਿੰਗ ਇਟ ਨੈਕਸਟ ਇਜ਼ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੇ ਆਵੇ ਜਾਏ ਗੁਰ ਇਸ ਗੁਰੂ ਨੇ ਉਬਰੇ ਇਸ ਬਚ ਜਾਂਦੇ ਹਨ ਆਵੇ ਇਸ ਜਮਦਾ ਹੈ ਤੇ ਜਾਏ ਇਸ ਮਰਦਾ ਹੈ ਨਾਉ ਵਿਚ ਮੀਨਸ ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ ਉਹ ਬਚ ਜਾਂਦੇ ਹਨ ਪਰ ਹੋਰ ਜੰਮਦੇ ਤੇ ਮਰਦੇ ਹਨ ਦੋਜ਼ ਹੂ ਪ੍ਰੋਟੈਕਟਿਡ ਬਾਈ ਦ ਗੁਰੂ ਆ ਸੇਵਡ ਵਾਈਲ ਅਦਰਸ ਡਾਈ ਟੂ ਬੀ ਰੀਇਨਕਾਰਨੇਟਿਡ ਦੇ ਕੰਟੀਨਿਊ ਕਮਿੰਗ ਐਂਡ ਗੋਇੰਗ ਨਾਓ ਲੈਟਸ ਰਿਲੇਟ ਥਿਸ ਵਿਦ ਆਰ ਡੇ ਟੂ ਡੇ ਲਾਈਫ ਸੋ ਥੈਟ ਵੀ ਕੈਨ ਇੰਪਲੀਮੈਂਟ ਇਟ ਟੂਡੇ ਲੈਟਸ ਅੰਡਰਸਟੈਂਡ ਦ ਰਿਐਲਿਟੀ ਆਫ ਲਾਈਫ ਥੈਟ ਵੀ ਆਲ ਆਰ ਰੇਜਿੰਗ ਸਾਡੀ ਏਜ ਵਧਨੀ ਵਧਨੀ ਸੋ ਅਸੀਂ ਓਲਡ ਏਜ ਵਾਲ ਅਪਰੋਚ ਸਾਰੇ ਕਰ ਰਹੇ ਆ ਚਾਹੇ ਕੋਈ ਕਿੰਨਾ ਵੀ ਵੱਡਾ ਸੈਲੀਬ੍ਰਿਟੀ ਏ ਦੁਨੀਆ ਨੇ ਉਹਨੂੰ ਕਿੰਨਾ ਨੇਮ ਫੇਮ ਮਨੀ ਸਭ ਕੁਝ ਹੈ ਉਹਦੇ ਕੋਲ ਜਾਂ ਕੋਈ ਕਿੰਨਾ ਵੀ ਜ਼ਿਆਦਾ ਮੋਟੀਵੇਟਿਡ ਰਹਿੰਦਾ ਹੈ ਕੋਈ ਕਿੰਨਾ ਵੀ ਜ਼ਿਆਦਾ ਆਪਣੀ ਲਾਈਫ ਸਕਸੈਸਫੁਲ ਹੈ ਓਲਡ ਏਜ ਆਏਗੀ ਆਏਗੀ ਯਰ ਓਲਡ ਏ ਸਾਰਿਆਂ ਤੇ ਆਏਗੀ वो कहें ना इट्स ब्यूटिफुल सैट दैट यूथ इज़ द गिफ्ट ऑफ नेचर बट एज इज़ द वर्क ऑफ आर्ट सो नाउ ऑर रिस्पॉन्सिबिलिटी इज दैट टू टेक इट पॉजिटिवली असन किस तरह परसीव करते हैं कि सानू डर लग रहा है कि सानू एक फीयर आ रहा किसी किस्म का कि ओल्ड एज पता नहीं की होएगा इट ऑल डिपेंड्स कि अं उसू किस तरह परसीव कर रहे हैं सो असी उस तरह भी प्रसीव कर सकते हैं कि एजिंग इज़ नॉट द लॉस्ट यूथ बट ए न्यू स्टेज ऑफ ऑपरचुनिटी एंड स्ट्रेंथ सो असी अपने पैशंस फॉलो कर सकते हैं, असी अच्छे अपने रिलेशनशिप्स नो इम्प्रूव कर सकते हैं सो देर आर सो मैनी थिंग्स टू बी डन बट मोस्ट इंपोर्टेंट इज दैट आर वी गैटिंग कनेक्टिड विद द क्रिएटर अगर असी बचपन तो या ਕਿਸੇ ਵੀ ਏਜ ਤੋਂ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਥਿਸ ਇਜ਼ ਵਨ ਓਪਰਚ्युनिटी ਕਿ ਜਿਸ ਨੇ ਸਾਨੂੰ ਕ੍ਰੀਏਟ ਕੀਤਾ ਹੈ ਜਿਸ ਨੇ ਸਾਨੂੰ ਬਣਾਇਆ ਹੈ ਅਸੀਂ ਉਸ ਕ੍ਰੀਏਟਰ ਨਾਲ ਕਨੈਕਟ ਕਰ ਸਕੀਏ ਐਂਡ ਇਟਸ ਨੈਵਰ ਟੂ ਲੇਟ ਕਹਿੰਦੇ ਨੇ ਨਾ ਜਦੋਂ ਜਗੋ ਉਦੋਂ ਹੀ ਸਵੇਰਾ ਸੋ ਇਟਸ ਨੈਵਰ ਟੂ ਲੇਟ ਥੈਟ ਆਰ ਵੀ ਗੈਟਿੰਗ ਕਨੈਕਟਡ ਟੂ ਆਰ ਕ੍ਰੀਏਟਰ ਸੋ ਥੈਟ ਉਸ ਕੋ ਕ੍ਰੀਏਟਰ ਸਾਡੀ ਰੱਖਿਆ ਕਰੇ सू जन्म मरण के गेड़ तू बह क तो बार ले। और मतलब पता नहीं पर इस जन्म डेफिनेटली साड़ी ओल्ड एज बड़ी अच्छी तरह निकल सकती है अगर साढ़े भींग शिफ्ट आ जाए क्योंकि ओल्ड एज तरह बॉडी चेंजि आंदियां ने समटाइम्स चिड़चिड़ापन आ जाता है समटाइमस बड़ा मोटिवेजन लेबल लो हो जाए बट वैन वी आर कनेक्टिड विद माइटी एक अंदरों एनर्जी पैदा ਹੁੰਦੀ ਹੈ ਜਿਹੜੀ ਕਿ ਸਾਨੂੰ ਅੱਗੇ ਫਾਰਵਰਡ ਲੈ ਜਾਂਦੀ ਹੈ ਸੋ ਬਿਕੋਜ਼ देयर इज अ शिफ्ट इन द बीइंग ऑफ द ह्यूमन बीइंग व्हाट इज द बीइंग ऑफ द ह्यूमन बीइंग ਕਿ ਅਸੀਂ ਇੱਕ ਮੂਵਮੈਂਟ ਤੇ ਕਿਸ ਤਰ੍ਹਾਂ ਬਿਹੇਵ ਕਰ ਰਹੇ ਹਾਂ ਆਰ ਵੀ ਹੈਪੀ ਆਰ ਵੀ ਡਿਸਟਰਬਡ ਆਰ ਵੀ ਮੋਟੀਵੇਟਿਡ ਆਰ ਵੀ ਈਗਰ ਟੂ ਡੂ தி ਥਿੰਗਸ ਆਰ ਵੀ ਐਕਟਿਵ ਸੋ ਇਟ ਆਲ ਡਿਪੈਂਡਸ ਔਨ ਦ ਬੀਇੰਗ ਆਫ ਦ ਹਿਊਮਨ ਬੀਇੰਗ ਤੇ ਜਦੋਂ ਅਸੀਂ ਉਸ ਪਰਮਾਤਮਾ ਨਾਲ ਕਨੈਕਟ ਕਰਦੇ ਹਾਂ ਉਸ ਕ੍ਰੀਏਟਰ ਨਾਲ ਕਨੈਕਟ ਕਰਦੇ ਹਾਂ ਜਿਸ ਨੇ ਸਾਨੂੰ ਕ੍ਰੀਏਟ ਕੀਤਾ ਹੈ ਸਾਡੀ ਜਿਹੜੀ 올ਡ ਏਜ ਹੈ ਉਹ ਬੜੀ ਸੋਹਣੇ ਤਰੀਕੇ ਨਾਲ ਨਿਕਲ ਜਾਂਦੀ ਹੈ ਸੋ ਅ ਵੀ ਆਲ ਹੈਡ ਏਜਿੰਗ ਅਸੀਂ ਕਿਸੇ ਵੀ ਲਾਈਫ ਦੇ ਫੇਜ਼ ਵਿੱਚ ਆ ਕਿਸੇ ਵੀ ਲਾਈਫ ਤੇ ਮਤਲਬ ਜੋ ਵੀ ਸਾਡਾ ਨੰਬਰ ਏਜ ਦਾ आज तुई साडी रिस्पोंसिबिलिटी है दैट यू नो लेट्स कनेक्ट विद द क्रिएटर एंड लेट्स शिफ्ट आवर बीइंग एज़ आई सेड बीइंग ऑफ द ह्यूमन बीइंग लेट्स शिफ्ट शिफ्ट आवर बीइंग लेट्स पॉलिश अस फ्रॉम इनसाइट सो दैट साडी लाइफ विच खुशी आए साडी लाइफ विच मोटिवेशन आए असी ਦੂਸਰਾਂ ਨੂੰ ਵੀ ਇਨਸਪਾਇਰ ਕਰ ਸਕੀਏ ਸੋ लेट्स डू इट लेट्स ਇੰਪਲੀਮੈਂਟ ਇਟ ਇਨ आवर लाइफ and then share your experiences with me take care be balanced be happy mm -hmm. vaheguru ji ka khalsa Vaheguruji ki fate